ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਅਤੇ ਮੈਂ ਹਰਸ਼ਪਾਲ ਸਿੰਘ। ਅਸੀਂ ਖੜ੍ਹੇ ਹਾਂ ਅਜੀਤ ਰੋਡ 'ਤੇ ਸ਼ਹੀਦ ਬਾਬਾ ਅਜੀਤ ਸਿੰਘ ਚੌਂਕ ਵਿੱਚ, ਜਿਹਨੂੰ ਬਹੁਤਾ ਨਾਮ ਲੋਕ ਘੋੜੇ ਵਾਲੇ ਚੌਂਕ ਦੇ ਨਾਮ ਨਾਲ ਜਾਣਦੇ ਨੇ, ਪਰ ਇਹ ਸ਼ਹੀਦ ਬਾਬਾ ਅਜੀਤ ਸਿੰਘ ਜੀ ਦਾ ਚੌਂਕ ਆ ਅਤੇ ਜਿਨ੍ਹਾਂ ਦਾ ਬੁੱਤ ਪਿਛਲੇ ਸਮੇਂ ਤੋਂ ਪ੍ਰਸ਼ਾਸਨ ਵੱਲੋਂ ਲਗਾਇਆ ਗਿਆ ਸੀ, ਪਰ ਅੱਜ ਉਹਦੀ ਸਾਫ਼ ਸਫਾਈ ਕੁਝ ਗੋਬਿੰਦਪੁਰਾ ਦੇ ਜਿਹੜੇ ਨੌਜਵਾਨ ਆ ਪਿੰਡ ਦੇ, ਜਿਹੜੇ ਉਹਨਾਂ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਇਹਨਾਂ ਦੀ ਵੀਡੀਓ ਦੇਖੀ ਕਿ ਜਿਹਦੇ ਵਿੱਚ ਇਹ ਦੱਸਿਆ ਗਿਆ ਸੀ ਕਿ ਜਿਹੜੀ ਇਸ ਚੌਂਕ ਦੀ ਅਤੇ ਇਸ ਬੁੱਤ ਦੀ ਜਿਹੜੀ ਸਾਫ਼ ਸਫਾਈ ਨਹੀਂ ਕੀਤੀ, ਜਿਸ ਤੋਂ ਬਾਅਦ ਅਸੀਂ ਆ ਕੇ ਅੱਜ ਉਹਨਾਂ ਦੀ ਸਾਫ਼ ਸਫਾਈ ਕੀਤੀ ਹੈ। ਅਤੇ ਨਾਲ ਉਹਨਾਂ ਨੇ ਕਿਹਾ ਕਿ ਜਿਹੜੇ ਇੱਥੋਂ ਦੇ ਲੋਕਲ ਪ੍ਰਸ਼ਾਸਨ ਆ, ਚਾਹੇ ਨਗਰ ਨਿਗਮ ਆ ਚਾਹੇ ਲੋਕਲ ਹੋਰ ਪ੍ਰਸ਼ਾਸਨ ਆ, ਉਹਨੂੰ ਇਹਦੀ ਸਾਫ਼ ਸਫਾਈ ਕਰਨੀ ਚਾਹੀਦੀ ਸੀ। ਪਰ ਉਸ ਤੋਂ ਇਲਾਵਾ ਉਹਨਾਂ ਨੇ ਸ਼ਹਿਰ ਦੀਆਂ ਸੰਗਤਾਂ ਦੀ ਵੀ ਗੱਲਬਾਤ ਕੀਤੀ। ਉਹਨਾਂ ਨੇ ਕਿਹਾ ਕਿ ਜਿਹੜੀ ਗੁਰਦੁਆਰਾ ਸਾਹਿਬ 'ਚ ਸੰਗਤਾਂ ਜਾਂਦੀਆਂ ਨੇ, ਅਸੀਂ ਸ਼ਹੀਦਾਂ ਦੇ ਦਿਹਾੜਿਆਂ ਨੂੰ ਯਾਦ ਵੀ ਕਰਦੇ ਹਾਂ ਅਤੇ ਮਨਾਉਂਦੇ ਵੀ ਆ, ਪਰ ਜਿਹੜਾ ਇਹ ਸ਼ਹੀਦਾਂ ਦਾ ਬੁੱਤ ਲੱਗਿਆ ਹੋਇਆ ਇਹਦੀ ਕੋਈ ਵੀ ਸਾਫ਼ ਸਫਾਈ ਨਹੀਂ ਕਰਦਾ। ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ, ਜਿੱਥੇ ਅਸੀਂ ਸ਼ਹੀਦੀ ਦੀ ਦਿਹਾੜੇ ਮਨਾਉਂਦੇ ਹਾਂ, ਗੁਰੂ ਸਾਹਿਬ ਨੂੰ ਯਾਦ ਵੀ ਕਰਦੇ ਹਾਂ, ਉੱਥੇ ਜਿਹੜੇ ਉਹਨਾਂ ਦੀਆਂ ਸਥਾਨ ਨੇ ਉਹਨਾਂ ਦੀ ਸਾਫ਼ ਸਫਾਈ ਵੀ ਕਰਨੀ ਚਾਹੀਦੀ ਹੈ। ਇਕੱਲੇ ਗੁਰੂ ਘਰਾਂ ਵਿੱਚ ਵੀ ਨਹੀਂ ਜਾਣਾ ਚਾਹੀਦਾ ਅਤੇ ਨਾਲ ਜਿਹੜੇ ਉਹਨਾਂ ਦੇ ਸਿਧਾਂਤ ਆ ਉਹਨਾਂ 'ਤੇ ਵੀ ਪਹਿਰਾ ਦੇਣਾ ਚਾਹੀਦਾ। ਜੇ ਗੋਬਿੰਦਪੁਰਾ ਦੇ ਨੌਜਵਾਨ ਨੇ ਜਿਨ੍ਹਾਂ ਨੇ ਅੱਜ ਸਾਫ਼ ਸਫਾਈ ਕੀਤੀ ਆ ਸ਼ਹੀਦ ਬਾਬਾ ਅਜੀਤ ਸਿੰਘ ਦੇ ਬੁੱਤੀ, ਕੀ ਕਹਿੰਦੇ ਨੇ ਆਓ ਤੁਹਾਨੂੰ ਸੁਣਾਉਂਦੇ ਹਾਂ। ਮਹਿੰਗਾ ਸਿੰਘ ਜੀ, ਗੋਬਿੰਦਪੁਰੇ ਤੋਂ ਜੀ। ਅਸੀਂ ਤਾਂ ਜੀ ਵੀਡੀਓ ਦੇਖੀ ਸੀ, ਖਬਰ ਲੱਗੀ ਵੀ ਸੀ, ਅਸੀਂ ਉਹ ਖਬਰ ਨੂੰ ਦੇਖ ਕੇ ਅਤੇ ਅਸੀਂ ਆਏ ਦੇਖ ਕੇ, ਪਹਿਲਾਂ ਮੋਟਰਸਾਈਕਲ 'ਤੇ ਆ ਕੇ ਦੇਖ ਕੇ ਗਏ, ਫਿਰ ਅਸੀਂ ਟਰੈਕਟਰ ਲੈ ਕੇ ਆਏ, ਪਾਣੀ ਦਾ ਪ੍ਰਬੰਧ ਕਰਿਆ, ਫਿਰ ਅਸੀਂ ਇਹਦੀ ਸਾਫ਼ ਸਫਾਈ ਕਰਨ ਵਾਸਤੇ ਆਏ ਹਾਂ ਅਤੇ ਹੁਣ ਅਸੀਂ 4 ਪਲੇਟਾਂ ਬਣਾ ਕੇ ਲਿਆਂਦੀਆਂ। ਇਹਦਾ ਸ਼ਹੀਦ ਬਾਬਾ ਅਜੀਤ ਸਿੰਘ ਚੌਂਕ ਵੀ ਇਹਦੇ ਨਾਂ 'ਤੇ ਜਾਣਿਆ ਜਾਵੇ। ਬਾਬਾ ਹਰੇਕ ਕੋਈ ਕਹਿੰਦਾ ਵੀ ਘੋੜਾ ਚੌਂਕ, ਘੋੜਾ ਚੌਂਕ, ਇਹ ਕੋਈ ਨਹੀਂ ਜਾਣਦਾ ਵੀ ਬਾਬਾ ਅਜੀਤ ਸਿੰਘ ਸ਼ਹੀਦ ਬਾਬਾ ਅਜੀਤ ਸਿੰਘ ਚੌਂਕ। ਇਹ ਬਾਈ ਪ੍ਰਸ਼ਾਸਨ ਕੋਈ ਦੇਖ ਹੀ ਨਹੀਂ ਰਿਹਾ ਇਸ ਨੂੰ। ਇੱਥੋਂ ਦੇ MC ਵਗੈਰਾ ਨੂੰ ਚਾਹੀਦਾ ਵੀ ਆਪਾਂ ਆਪ ਸ਼ਹੀਦਾਂ ਦੇ ਦਿਨ ਚੱਲਦੇ ਆ ਵੀ ਆਪਾਂ ਸਾਫ਼ ਸਫਾਈ ਕਰਾ ਕੇ। ਜ਼ਰੂਰੀ ਹੈ ਜੀ, ਇਹ ਗੱਲਾਂ ਬਹੁਤ ਜ਼ਰੂਰੀ ਆ, ਸਾਫ਼ ਸਫਾਈ। ਆਪਾਂ ਸ਼ਹੀਦਾਂ ਦੇ ਦਿਨਾਂ ਨੂੰ ਆਹ 10 ਦਿਨ ਵੀ ਆਪਾਂ ਸਾਫ਼ ਸਫਾਈ ਨਹੀਂ ਕਰ ਸਕਦੇ ਇਹਨਾਂ ਦੀ, ਸਾਲ ਭਰ ਆਪਾਂ ਨੂੰ ਇਹਨਾਂ ਨੇ ਏਡੀਆਂ ਕੁਰਬਾਨੀਆਂ ਦੇ ਕੇ ਆਪਾਂ ਨੂੰ ਦਸਤਾਰਾਂ ਸਜਾਉਣ ਵਾਲੇ ਕਰਿਆ, ਅਤੇ ਆਪਾਂ ਇਹ ਕੰਮ ਜ਼ਰੂਰੀ ਆਪਣੇ ਵਾਸਤੇ ਜ਼ਰੂਰੀ ਬਣਦਾ, ਇਹ ਲੋਕਾਂ ਵਾਸਤੇ ਜ਼ਰੂਰੀ ਬਣਦਾ ਵੀ ਕਰ ਗਏ। ਉਹਨਾਂ ਵਾਸਤੇ ਜ਼ਰੂਰੀ ਹੈ ਜੀ ਇਹ ਗੱਲਾਂ ਵੀ ਜੇ ਜਿਹੜਾ ਬੰਦਾ ਗੁਰਦੁਆਰੇ ਜਾਂਦਾ ਇੰਨੀ ਸਿੱਖਿਆ ਨਹੀਂ ਲੈ ਕੇ ਆਉਂਦਾ ਤਾਂ ਉਹ ਗੁਰਦੁਆਰੇ ਗੁਰੂ ਘਰ ਜਾਣ ਦਾ ਕੋਈ ਫਾਇਦਾ ਨਹੀਂ। ਹਰਪ੍ਰੀਤ ਸਿੰਘ ਨਾ ਜੀ, ਗੋਬਿੰਦਪੁਰਾ ਪਿੰਡ ਜੀ। ਹਾਂਜੀ 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 ਹਾਂਜੀ। ਇਹ ਤਾਂ ਜੀ ਇੱਕ ਅਸੀਂ ਵੀਡੀਓ ਵੇਖੀ ਸੀ, ਫੇਸਬੁੱਕ ਚੈਨਲ 'ਤੇ ਆਈ ਪਈ ਸੀਗੀ, ਉਹ ਵੀਡੀਓ ਵੇਖ ਕੇ ਬਸ ਮੰਨ ਲਓ ਵੀ ਅਸੀਂ ਪਹਿਲਾਂ ਤਾਂ ਸਰਹੰਦ ਗਏ ਹੋਏ ਸੀਗੇ ਜੀ, ਅਤੇ ਫਿਰ ਫੋਨ ਕਰਤਾ ਸਾਨੂੰ ਚਾਚਾ ਜੀ ਨੇ, ਉਹ ਕਹਿੰਦੇ ਵੀ ਆਪਾਂ ਉਹ ਕਰਨਾਗਾ ਵੀ ਬੁੱਤ ਸਾਫ਼ ਕਰਨਾਗਾ। ਹਾਂਜੀ, ਅਤੇ ਫਿਰ ਅਸੀਂ ਉੱਥੋਂ ਆ ਕੇ ਕੱਲ੍ਹ ਆਏ ਸੀਗੇ ਜੀ, ਅੱਜ ਅਸੀਂ ਇੱਧਰੋਂ ਆ ਗਏ। ਹਾਂਜੀ ਹਾਂਜੀ, ਨਗਰ ਨਿਗਮ ਨੂੰ ਚਾਹੀਦਾ ਜਾਂ ਸ਼ਾਇਦ ਇੱਥੋਂ ਜਿਹੜੇ ਮੰਨ ਲਓ ਵੀ ਲੋਕ ਹੈਗੇ ਇੱਥੋਂ ਉਹਨਾਂ ਨੂੰ ਚਾਹੀਦਾ ਹੈ ਨਾ ਜੀ, ਹਾਂ ਜਿਨ੍ਹਾਂ ਨੇ ਮਤਲਬ ਵੀ ਲੰਘਦੇ ਆ ਉਹਨਾਂ ਨੂੰ ਵੀ ਚਾਹੀਦਾ। ਬਾਕੀ ਸਿਰ ਇੱਕ ਗੱਲ ਹੋਰ ਆ ਜੀ, ਕੋਈ ਬੰਦਾ ਮੰਨ ਲਓ ਵੀ ਹਰ ਇੱਕ ਬੰਦਾ ਘੋੜਾ ਚੌਂਕ ਘੋੜਾ
ਕੋਟਾ ਚੌਂਕ ਕਹਿੰਦਾ ਨੂੰ, ਤੇ ਇਹਦੇ ਉੱਤੇ ਜਿਹੜੇ ਬਾਬਾ ਜੀ ਬੈਠੇ ਉਹਨਾਂ ਬਾਰੇ ਕੋਈ ਜਾਣਦਾ ਨਹੀਂ ਗਾ, ਹੈ ਨਾ। ਉਹ ਵੀ ਆਪਾਂ ਸਪੈਸ਼ਲ ਪੋਰਟਲ ਬਣਵਾ ਲਈ, ਅਤੇ ਬਾਬਾ ਜੀਤ ਸਿੰਘ ਮੰਨ ਲਓ ਵੀ ਜਿਵੇਂ ਉਹ ਉੱਧਰ ਵੀ ਜੀਤ ਰੋਡ ਲਿਖਿਆ ਹੋਇਆ ਜੀ, ਹਾਂਜੀ, ਅਤੇ ਉਹਦੇ ਬਾਰੇ ਵੀ ਆਪਾਂ ਮੰਨ ਲਓ ਵੀ ਸਾਰਾ ਉਹ ਕਰੇ।